ਫਾਜ਼ਿਲਕਾ ਦੇ ਅਗਰਵਾਲ ਕਮਿਊਨਿਟੀ ਹਾਲ ਦੇ ਵਿੱਚ ਸ਼੍ਰੀ ਅਗਰਵਾਲ ਸਭਾ ਵੱਲੋਂ ਲਾਲਾ ਮੁਨਸ਼ੀ ਰਾਮ ਅਗਰਵਾਲ ਦੀ ਯਾਦ ਦੇ ਵਿੱਚ ਲਾਲਾ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਅੱਖਾਂ ਦੀ ਮੁਫਤ ਜਾਂਚ ਅਤੇ ਓਪਰੇਸ਼ਨ ਦਾ ਕੈਂਪ। ਫਾਜ਼ਿਲਕਾ ਦੇ ਅਗਰਵਾਲ ਕਮਿਊਨਿਟੀ ਹਾਲ ਦੇ ਵਿੱਚ ਅੱਜ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਲਗਭਗ 2 ਵਜੇ ਤੱਕ ਅੱਖਾਂ ਦੀ ਮੁਫਤ ਜਾਂਚ ਅਤੇ ਓਪਰੇਸ਼ਨ ਦਾ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ, ਜਿਨ੍ਹਾਂ ਵੱਲੋਂ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਗਈ ਅਤੇ ਓਪਰੇਸ਼ਨ ਯੋਗ ਮਰੀਜ਼ਾਂ ਦੀ ਤਸਦੀਕ ਵੀ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਅਗਰਵਾਲ ਸਭਾ ਦੇ ਪ੍ਰਧਾਨ ਨਰਿੰਦਰ ਅਗਰਵਾਲ ਨੇ ਦੱਸਿਆ ਕਿ ਅੱਜ ਇਹ ਕੈਂਪ ਲਾਲਾ ਮੁਨਸ਼ੀ ਰਾਮ ਅਗਰਵਾਲ ਦੀ ਯਾਦ ਦੇ ਵਿੱਚ ਲਾਲਾ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ। ਉਹਨਾਂ ਨੇ ਕਿਹਾ ਕਿ ਅੱਖਾਂ ਦੀ ਜਾਂਚ ਇਸ ਦੇ ਵਿੱਚ ਕੀਤੀ ਗਈ ਅਤੇ ਮਾਹਿਰ ਡਾਕਟਰਾਂ ਵੱਲੋਂ ਇੱਥੇ ਜਾਂਚ ਤੋਂ ਬਾਅਦ ਦਵਾਈਆਂ ਵੀ ਉਪਲਬਧ ਕਰਵਾਈਆਂ ਗਈਆਂ। ਉਹਨਾਂ ਨੇ ਕਿਹਾ ਕਿ ਇੱਥੇ ਓਪਰੇਸ਼ਨ ਵਾਲੇ ਮਰੀਜ਼ਾਂ ਦੀ ਤਸਦੀਕ ਵੀ ਕੀਤੀ ਗਈ ਹੈ, ਜਿਨ੍ਹਾਂ ਦੇ ਓਪਰੇਸ਼ਨ ਕਰਵਾਏ ਜਾਣਗੇ। ਉਹਨਾਂ ਨੇ ਕਿਹਾ ਕਿ ਸ਼੍ਰੀ ਅਗਰਵਾਲ ਸਭਾ ਵੱਲੋਂ ਲੋਕਾਂ ਨੂੰ ਫਾਇਦਾ ਦੇਣ ਦੇ ਲਈ ਇਹ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹਨ ਅਤੇ ਮਾਹਿਰ ਡਾਕਟਰਾਂ ਤੋਂ ਇਹਨਾਂ ਵੱਲੋਂ ਜਾਂਚ ਵੀ ਕਰਵਾਈ ਗਈ ਹੈ। ਉਹਨਾਂ ਨੇ ਕਿਹਾ ਕਿ ਜੋ ਲੋਕ ਓਪਰੇਸ਼ਨ ਯੋਗ ਤਸਦੀਕ ਕੀਤੇ ਗਏ ਹਨ, ਉਹਨਾਂ ਦੇ ਓਪਰੇਸ਼ਨ ਵੀ ਸ਼੍ਰੀ ਅਗਰਵਾਲ ਸਭਾ ਵੱਲੋਂ ਬਿਲਕੁਲ ਮੁਫਤ ਕਰਵਾਏ ਜਾਣਗੇ। ਇਸ ਦੇ ਨਾਲ ਹੀ ਇਹਨਾਂ ਦੀ ਓਪਰੇਸ਼ਨ ਤੋਂ ਬਾਅਦ ਜਾਂਚ ਵੀ ਅਗਰਵਾਲ ਸਭਾ ਵੱਲੋਂ ਬਿਲਕੁਲ ਮੁਫਤ ਹੀ ਕਰਵਾਈ ਜਾਏਗੀ। ਉਹਨਾਂ ਨੇ ਕਿਹਾ ਕਿ ਇਹ ਕੈਂਪ ਲਾਲਾ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਦੇ ਨਾਲ ਇੱਥੇ ਲਗਾਇਆ ਗਿਆ, ਜਿਸ ਦੇ ਵਿੱਚ ਸ਼੍ਰੀ ਅਗਰਵਾਲ ਸਭਾ ਦੇ ਸਾਰੇ ਮੈਂਬਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਦੇ ਨਾਲ ਹੀ ਸ਼੍ਰੀ ਅਗਰਵਾਲ ਮਹਿਲਾ ਸਭਾ ਦੀ ਪ੍ਰਧਾਨ ਅਤੇ ਯੁਵਾ ਵਿੰਗ ਦੇ ਪ੍ਰਧਾਨ ਵੀ ਆਪਣੀਆਂ ਸੇਵਾਵਾਂ ਇੱਥੇ ਦੇ ਰਹੇ ਹਨ। ਹਾਂਜੀ ਵੀਰ ਜੀ, ਅੱਜ ਅਸੀਂ ਲਾਲਾ ਮੁਨਸ਼ੀ ਰਾਮ ਅਗਰਵਾਲ ਜੀ ਦੀ ਯਾਦ ਵਿੱਚ ਸ਼੍ਰੀ ਅਗਰਵਾਲ ਸਭਾ ਦੀ ਤਰਫੋਂ ਇੱਕ ਅੱਖਾਂ ਦਾ ਨਿਸ਼ੁਲਕ ਅਤੇ ਓਪਰੇਸ਼ਨ ਕੈਂਪ ਲਗਾਉਣੇ ਜਾ ਰਹੇ ਹਾਂ ਜੀ। ਇਹ ਕੈਂਪ ਜੋ ਲੱਗ ਰਿਹਾ ਹੈ ਇਹ ਬਿਲਕੁਲ 100% ਨਿਸ਼ੁਲਕ ਹੋਏਗਾ, ਕਿਸੇ ਕੋਲ ਇੱਕ ਪੈਸਾ ਵੀ ਨਹੀਂ ਲਿਆ ਜਾਏਗਾ। ਜੈਤੋਂ ਦੀ ਮਾਹਰ ਡਾਕਟਰਾਂ ਦੀ ਟੀਮ ਇੱਥੇ ਆਈ ਹੋਈ ਹੈ, ਜੋ ਕਿ ਜਿਨ੍ਹਾਂ ਦੇ ਓਪਰੇਸ਼ਨ ਹੋਣਗੇ ਉਹਨਾਂ ਨੂੰ ਜੈਤੋਂ ਲੈ ਕੇ ਜਾਏਗੀ। ਜੈਤੋਂ ਆਉਣ ਜਾਣ ਦਾ, ਰਹਿਣ ਦਾ, ਓਪਰੇਸ਼ਨ ਦਾ ਅਤੇ ਵਾਪਸੀ 'ਤੇ ਜੋ ਵੀ ਦਵਾਈਆਂ ਦੀ ਪ੍ਰੋਵਾਈਡੇਸ਼ਨ ਹੋਏਗੀ ਉਹਨਾਂ ਨੂੰ ਅਗਰਵਾਲ ਸਭਾ ਦੇ ਤਰੋਂ ਬਿਲਕੁਲ ਫ੍ਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਦੇ ਓਪਰੇਸ਼ਨ ਨਹੀਂ ਹੋਣਗੇ ਉਹਨਾਂ ਨੂੰ ਵੀ ਜੋ ਕਿਸੇ ਕਿਸਮ ਦੀ ਦਵਾਈਆਂ ਦੀ ਲੋੜ ਹੈ ਉਹ ਵੀ ਅਗਰਵਾਲ ਸਭਾ ਬਿਲਕੁਲ ਨਿਸ਼ੁਲਕ ਪ੍ਰਦਾਨ ਕਰੇਗੀ। ਇਹ ਸਾਰੀ ਜਿਹੜਾ ਪ੍ਰੋਗਰਾਮ ਹੈ ਇਹ ਲਾਲਾ ਮੁਨਸ਼ੀ ਰਾਮ ਅਗਰਵਾਲ ਜੀ ਦੀ ਯਾਦ ਵਿੱਚ ਕੀਤਾ ਜਾ ਰਿਹਾ ਜੀ। ਇਹ ਪਹਿਲੀ ਵਾਰ ਕਰਵਾਇਆ ਜਾ ਰਿਹਾ ਕੈਂਪ ਦਾ ਆਯੋਜਨ? ਨਹੀਂ ਸਰ, ਅਗਰਵਾਲ ਸਭਾ ਸਮੇਂ ਸਮੇਂ 'ਤੇ ਕਈ ਤਰ੍ਹਾਂ ਦੇ ਕੈਂਪ ਲਾਉਂਦੀ ਹੈ, ਜਿਸ ਤਰ੍ਹਾਂ ਪਿੱਛੇ ਵੇਦਾਂਤਾ ਜੀ ਨੇ ਟਾਈ ਅਪ ਕਰਕੇ ਕੈਂਪ ਲਾਇਆ ਸੀ ਅਸੀਂ, ਉਸ ਤੋਂ ਪਹਿਲਾਂ ਅਗਰਵਾਲ ਸਭਾ ਨੇ ਇੱਕ ਅੱਖਾਂ ਦਾ ਕੈਂਪ ਲਾਇਆ ਸੀ, ਹੱਡੀਆਂ ਦਾ ਕੈਂਪ ਲਾਇਆ ਸੀ, ਅਤੇ ਹੁਣ ਫਰਵਰੀ 'ਚ ਵੀ ਸਾਡਾ ਇੱਕ ਪ੍ਰੋਗਰਾਮ ਹੈ ਵੇਦਾਂਤਾ ਗੁੜਗਾਵਾਂ ਜੀ ਦੇ ਨਾਲ ਕੋਪਰੇਟ ਕਰਕੇ ਅਸੀਂ ਇੱਕ ਮਲਟੀ ਸਪੈਸ਼ਲਿਸਟ ਕੈਂਪ ਲਾਉਣ ਜਾ ਰਹੇ ਹਾਂ ਜੀ। ਅੱਜ ਦੇ ਕੈਂਪ ਦੀ ਸ਼ੁਰੂਆਤ ਕੌਣ ਕਰਵਾਉਣ ਜਾ ਰਹੇ ਨੇ? ਸਾਡੇ ਲਾਲਾ ਮੁਨਸ਼ੀ ਰਾਮ ਅਗਰਵਾਲ ਜੀ ਦੇ ਟਰੱਸਟੀ ਮਲੋੜ ਤੋਂ ਜਿੰਦਲ ਸਾਹਿਬ ਧਰਮਪਾਲ ਜਿੰਦਲ ਜੀ ਇੱਥੇ ਪਹੁੰਚੇ ਨੇ। ਇਸ ਤੋਂ ਇਲਾਵਾ ਸਾਡੇ ਅਗਰਵਾਲ ਸਭਾ ਦੀ ਉਹ ਵਿਭੂਤੀਆਂ ਜਿਨ੍ਹਾਂ ਨੇ ਸਾਨੂੰ ਪੂਰਨ ਰੂਪ ਤੋਂ ਸਹਿਯੋਗ ਦਿੱਤਾ, ਗੁਪਤ ਰੂਪ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ, ਹਰ ਤਰ੍ਹਾਂ ਦੀ ਮੋਟੀਵੇਸ਼ਨ ਕੀਤੀ, ਉਹ ਇੱਥੇ ਪਹੁੰਚੇ ਨੇ ਅਤੇ ਉਹਨਾਂ ਨੇ ਇਸ ਕੈਂਪ ਦੀ ਸ਼ੁਰੂਆਤ ਕੀਤੀ ਹੈ ਜੀ। ਕਿੰਨਾ ਕੁ ਲਕਸ਼ ਰੱਖਿਆ ਗਿਆ ਹੈ ਮਰੀਜ਼ਾਂ ਜਾਂਚ ਦਾ ਅਤੇ ਓਪਰੇਸ਼ਨਾਂ ਦਾ? ਸਰ, ਜਿੰਨੇ ਵੀ ਪੇਸ਼ੈਂਟ ਆਉਣਗੇ ਸਰ, 500 ਹੋਣ, 700 ਹੋਣ, 1000 ਹੋਣ, ਅਸੀਂ ਹਰੇਕ ਦੀ ਜਾਂਚ ਕਰਵਾਵਾਂਗੇ ਅਤੇ ਜਿੰਨੇ ਵੀ ਓਪਰੇਸ਼ਨ ਦੇ ਲਾਇਕ ਹੋਣਗੇ ਉਹਨਾਂ ਦੇ ਓਪਰੇਸ਼ਨ ਬਿਲਕੁਲ ਨਿਸ਼ੁਲਕ ਕਰਵਾਵਾਂਗੇ ਜੀ। ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਸਮਾਜ ਨੂੰ ਇਹੋ ਸੰਦੇਸ਼ ਦੇਣਾ ਚਾਹਾਂਗਾ ਜੀ, ਦੇਖੋ ਕਹਿੰਦਾ ਸਵਾਸਥਿਆ ਸਭ ਤੋਂ ਵੱਡੀ ਵੱਡੀ ਪੂੰਜੀ ਇਨਸਾਨ ਦੀ, ਅਗਰ ਸਰੀਰ ਠੀਕ ਹੈ ਤਾਂ ਇਨਸਾਨ ਠੀਕ ਹੈ, ਉਹਦਾ ਜੀਵਨ ਠੀਕ ਹੈ, ਅਤੇ ਆਪਣਾ ਖਾਣ ਪੀਣ ਆਪਾਂ ਸੁਧਾਰੀਏ, ਪਰਿਵਾਰ ਨੂੰ ਸੁਧਾਰੀਏ ਅਤੇ ਸਾਰੇ ਮਿਲ ਜੁਲ ਕੇ ਰਹੀਏ। ਮੈਂ ਇਹੋ ਸੰਦੇਸ਼ ਅਗਰਵਾਲ ਸਮਾਜ ਦੀ ਤਰਫ ਦੇਣਾ ਚਾਹੁੰਦਾ ਜੀ। ਧੰਨਵਾਦ। ਕੀਤਾ ਜਾ ਰਿਹਾ ਅਗਰਵਾਲ ਸਭਾ ਵੱਲੋਂ, ਕੀ ਕਹਿਣਾ ਚਾਹੋਗੇ? ਸ਼੍ਰੀ ਅਗਰਵਾਲ ਸਭਾ ਰਜਿਸਟਰਡ ਫਾਜ਼ਿਲਕਾ ਵੱਲੋਂ ਅੱਜ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਓਪਰੇਸ਼ਨ ਕੈਂਪ ਲਗਾਇਆ ਜਾ ਰਿਹਾ। ਬਹੁਤ ਹੀ ਅੱਛਾ ਕਾਰਜ ਹੈ,
ਪੁੰਨੇ ਦਾ ਕੰਮ ਹੈ। ਔਰ ਸਾਡੇ ਸ਼ਹਿਰ ਵਿੱਚ ਹਮੇਸ਼ਾ ਹੀ ਜਦੋਂ ਵੀ ਕੈਂਪ ਲੱਗਦਾ ਅੱਖਾਂ ਦਾ, ਸੈਂਕੜੋਂ ਦੀ ਗਿਣਤੀ ਵਿੱਚ ਲੋਕ ਅੱਖਾਂ ਦੇ ਓਪਰੇਸ਼ਨ ਦੇ ਯੋਗੇ ਪਾਏ ਜਾਂਦੇ ਨੇ। ਔਰ ਵਿਸ਼ੇਸ਼ ਗੱਲ ਇਹ ਹੈ ਕਿ ਲਾਇਨਜ਼ ਆਈ ਕੇਅਰ ਸੈਂਟਰ ਜੈਤੋ, ਜੋ ਕਿ ਇੱਕ ਮੰਨੀ ਹੋਈ ਸੰਸਥਾ ਹੈ ਅੱਖਾਂ ਦੇ ਓਪਰੇਸ਼ਨ ਕਰਨ ਵਾਸਤੇ, ਇਲਾਜ ਕਰਨ ਵਾਸਤੇ, ਉਹਦੇ ਨਾਲ ਮਿਲ ਕੇ ਇਹ ਕੈਂਪ ਲਗਾਇਆ ਜਾ ਰਿਹਾ। ਔਰ ਅਗਰਵਾਲ ਸਭਾ ਵੱਲੋਂ ਇਹ ਵਿਵਸਥਾ ਕੀਤੀ ਗਈ ਵਿਸ਼ੇਸ਼ ਤੌਰ 'ਤੇ, ਵੱਖਰੇ ਵੱਖਰੇ ਬੈਚਾਂ ਦੇ ਵਿੱਚ ਸਾਰਿਆਂ ਨੂੰ ਜਿਹੜਾ ਹੈ ਮਰੀਜ਼ ਜਿਨ੍ਹਾਂ ਨੂੰ ਸ਼ਾਰਟਲਿਸਟ ਕੀਤਾ ਜਾਏਗਾ, ਜਿਨ੍ਹਾਂ ਦੀ ਸ਼ਾਂਟੀ ਹੋਵੇਗੀ ਓਪਰੇਸ਼ਨ ਵਾਸਤੇ, ਉਹਨਾਂ ਨੂੰ ਲਿਜਾਇਆ ਜਾਏਗਾ। ਕਿਸੇ ਦਾ ਆਉਣ ਜਾਣ ਦਾ ਕੋਈ ਖਰਚਾ ਨਹੀਂ ਹੋਏਗਾ। ਸਭਾ ਬਹੁਤ ਅੱਛਾ ਕੰਮ ਕਰ ਰਹੀ ਹੈ। ਮੈਂ ਇਹ ਕਹਾਂਗਾ ਕਿ ਬਾਕੀ ਸੰਸਥਾਵਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਔਰ ਅਜਿਹੇ ਕੈਂਪ ਲੈਣੇ ਚਾਹੀਦੇ। ਧੰਨਵਾਦ।